तुम दिखा दिने लो ए सोहनिया लगदी हच पड़िया इधरों आओ हाँ तुर के आज हाथ रख के मैं समान लैन आया तेन ऑडिशन देन आया कि मैं तुर के उठावा इधर कहें नहीं नहीं 1000 रुपया ज्यादा वा ये भी महंगा हाँ जी तुसी भाजी ना फिर अपने भरा ना बुक च दुध पियाई कर लो दी मझ दे मूँह तो करा दो डायरेक्ट दुध पी लो गल ये करना तू स्टैप हाँ जी नहीं भाई ये नहीं वह खिच खिच पै रही है स्टैप च ना तो अच्छे साढ़े को चिल्तन प्योर की आइटम आई है पढ़ो हाँ हाँ टी ट्रीट वो ट्रीट नहीं पा हाँ। टी ट्री मड मास्क नाजरीन है तुसी पढ़ सकते हो टी ट्री मड मास्क साजी तुसी उत्थे जांदे नहीं अच्छा अच्छा जो बंदा ऑफिशियल कराउंदा ते मास्क भी लांदे हाँ वो बिल ब्लैक जिहा तुसी नहीं लवाउंदे मास्क हुंदा ना मास्क मास्क ਉਹ ਇਸ ਤਰ੍ਹਾਂ ਕਰਕੇ ਖਿੱਚਦੇ ਹੋ ਅਤੇ ਫਿਰ ਉਹ ਜੋ ਪਿੰਪਲ ਅਤੇ ਜੋ ਡਸਟ ਡੁਸਟ ਸਾਰੀ ਉਹ ਸਿਆਣੇ ਉਹ ਵੀ ਕਹਿੰਦੇ ਹੁੰਦੇ ਨੇ ਹੱਡੀਆਂ ਨਾਲ ਉਹ ਮਾਸਕ ਨਹੀਂ ਉਹ ਲੈਦਾ ਹੋ ਸਕਦਾ ਉਹ ਯਾਰ ਉਹ ਮਾਸ ਹੁੰਦਾ ਵਾ ਉਹ ਮਾਸਕ ਇਹ ਹੈ ਮਤਲਬ ਮਾਸ ਵਾਸਤੇ ਇਹ ਮਾਸਕ ਆ ਆਹੋ ਇਹ ਨਾਜ਼ਰੀਨ ਬਹੁਤ ਅੱਛੀ ਚੀਜ਼ ਆ ਜਦੋਂ ਮੱਖੀਆਂ ਗੋਗੇ ਤੇਰਾ ਕਰਕੇ ਆਉਣ ਗਰਦੋ ਗਬਾਰ ਵਾਸਤੇ ਅਤੇ ਜਿਹੜਾ ਬਾਹਰ ਅੰਦਰ ਬੰਦਾ ਜਾਂਦਾ ਵਾ ਮਾਸਕ ਮੇਰੇ 'ਤੇ ਮੱਖੀ ਬੈਠੀ ਨਾ ਅਤੇ ਮੈਂ ਇੱਥੇ ਲਿਖ ਦੇਣਾ ਗੋਗਾ ਇੱਧਰ ਹੈ ਨਾ ਕੋਈ ਚਪਕਾਵੇ ਮੋਬਾਈਲ ਨੂੰ ਪੜਥੂ ਪਾਵੇ ਇਹਨੂੰ ਹਰ ਵੇਲੇ ਵੇਖੀ ਜਾਵੇ ਲਬੇਲਾ ਟੀਵੀ ਗੱਲ ਸੁਣ ਮੇਰਾ ਪੁੱਤ ਮੇਰਾ ਚਾਹਨੇ ਸਾਰੀ ਦੁਨੀਆ ਗਈ ਇਹਨੂੰ ਮਾਨੇ ਇਹ ਚੈਨਲ ਨੰਬਰ 1 ਲਬੇਲਾ ਟੀਵੀ ਤੰਗੀ ਦੇ ਹਾਲਾਤਾਂ ਵਿੱਚ ਸਭ ਨੂੰ ਹਸਾਵੇ ਲੋਕਾਂ ਦੇ ਹਸੇਲੀ ਜਿਹੜਾ ਹਰ ਸ਼ਹਿਰ ਵਿੱਚ ਜਾਵੇ ਓਹ ਲਬੇਲਾ ਏ ਦੇ ਹਾਲਾਤਾਂ ਵਿੱਚ ਸਭ ਨੂੰ ਹਸਾਵੇ ਲੋਕਾਂ ਦੇ ਹਾਸੇ ਲਈ ਜਿਹੜਾ ਹਰ ਸ਼ਹਿਰ ਵਿੱਚ ਜਾਵੇ ਉਹ ਅਲਬੇ ਲਾਏ ਹੋਏ ਤੇ ਜੁਗਤਾਂ ਦੀ ਬਣ ਦਿੱਕਤਾਂ ਹੋਏ ਤੇ ਵਿਕਿਆਂ ਦਾ ਨਹੀਂ ਕਾਰੋਬਾਰ ਹੋਏ ਨੂੰ ਵੇਖਦੇ ਸਮੁੰਦਰ ਪਾਰ ਅਲਬੇ ਲਾ ਟੀਵੀ ਵੇਖੋ ਜੀ ਵੇਖੋ ਜੀ ਵੇਖੋ ਜੀ ਅਸਲਾਮ ਵਾਲੇਕੁਮ ਅਸਲਾਮ ਹੈਲੋ ਭਾਅ ਜੀ ਭਾਅ ਜੀ ਕੀ ਚਾਹੀਦਾ ਭਾਈ ਜਾਨ ਹਾਂਜੀ 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 ਬਿਸਮਿਲ੍ਲਾ ਦੱਸੋ ਮਹਿੰਦੀ ਦਾ ਸਮਾਨ ਭਾਈ ਦਾ ਮਿਲ ਜਾਂਦਾ ਭਾਅ ਜੀ ਸਿਰ ਨੂੰ ਲਾਉਣੀ ਪੈਂਦੀ ਨਹੀਂ ਭਾਈ ਉਹ ਦੁੱਲੇ ਦੀ ਮਹਿੰਦੀ ਦਾ ਸਮਾਨ ਜਿਹੜਾ ਟੋਟਲ ਹੁੰਦਾ ਨਾ ਮਾਸ਼ਾਅੱਲਾ ਅੱਛਾ ਅੱਛਾ ਤੁਹਾਡੀ ਸ਼ਾਦੀ ਹੈ ਨਹੀਂ ਵੱਡੇ ਭਾਈ ਤੁਹਾਡੇ ਤੋਂ ਵੀ ਵੱਡਾ ਹਾਂਜੀ ਮੇਰੇ ਤੋਂ ਵੱਡਾ ਤੁਹਾਡੀ ਸ਼ਾਦੀ ਹੋਈ ਹੈ ਨਹੀਂ ਮੈਂ ਅਜੇ ਭਾਈ ਪੜ੍ਹ ਰਿਹਾ ਵਾਂ ਅਤੇ ਇਸ ਤੋਂ ਬਾਅਦ ਤਲੀਮ ਮੁਕੰਮਲ ਹੋਏਗੀ ਫਿਰ ਸ਼ਾਦੀ ਕਰ ਕੀ ਪੜ੍ਹ ਰਹੇ ਹੋ ਕੋਈ ਕਾਲਾ ਇਲਮ ਪੜ੍ਹ ਰਹੇ ਹੋ ਕੀ ਪੜ੍ਹ ਰਹੇ ਨਹੀਂ ਨਹੀਂ ਉਹ ਐਜੂਕੇਸ਼ਨ ਕਰ ਰਿਹਾ ਨਾ ਅਜੇ ਮੈਂ ਅੱਛਾ ਚਲੋ ਮਾਸ਼ਾਅੱਲਾ ਸ਼ਗਨਾਂ ਦਾ ਵੱਡਾ ਭਾਈ ਹਾਂਜੀ ਮੇਰੇ ਤੋਂ ਵੱਡੇ ਨੇ ਅੱਛਾ ਜੀ ਮਹਿੰਦੀ ਦਾ ਸਮਾਨ ਚਾਹੀਦਾ ਹਾਂਜੀ ਮਹਿੰਦੀ ਦਾ ਅਰਫਾਨ ਯਾਰ ਮਹਿੰਦੀ ਦਾ ਕਿਸਾ ਕਿੰਨਾ ਕੁ ਚਾਹੀਦਾ ਭਾਅ ਜੀ ਆਹ ਦੇਖ ਲਓ ਇਹ ਪਲੇਟਾਂ ਹੁੰਦੀਆਂ ਮਹਿੰਦੀ ਦੀਆਂ ਇਹ ਬੱਚਿਆਂ ਵਾਲੀਆਂ ਨਾ ਅੱਛੀਆਂ ਵੀ ਹੁੰਦੀਆਂ ਮਾੜੀਆਂ ਵੀ ਹੁੰਦੀਆਂ ਸਾਡੇ ਕੋਲ ਹਰ ਤਰੀਕੇ ਆਹ ਦੇਖੋ ਕਿੰਨੀਆਂ ਕੁ ਕੁੜੀਆਂ ਵਾ ਹਾਂਜੀ ਜਿਨ੍ਹਾਂ ਨੇ ਮਹਿੰਦੀ ਲੈ ਕੇ ਜਾਣਾ ਉਸ ਹਿਸਾਬ ਨਾਲ ਪਲੇਟਾਂ ਲੈ ਜਾਓ ਫਿਰ ਤੁਸੀਂ ਕੁੜੀਆਂ ਦਾ ਨਾ ਨਾ ਹਿਸਾਬ ਰੱਖੋ ਤੁਸੀਂ ਅਸੀਂ ਜਿੰਨੇ ਧੀਆਂ ਭੈਣਾਂ ਵੀਰੇ ਲੈ ਕੇ ਜਾਂਦੀਆਂ ਮਹਿੰਦੀ ਮੁੰਡੇ ਥੋੜ੍ਹਾ ਲੈ ਕੇ ਜਾਂਦੇ ਹਾਂਜੀ ਇਹ ਥਾਲ ਵੀ ਹੁੰਦਾ ਭਾਅ ਜੀ ਇਹ ਦੇਖੋ ਇਹਦੇ 'ਚ ਨਾ ਦੀਵੇ ਬਾਲ ਕੇ ਫਿਰ ਭੈਣਾਂ ਸ਼ਗਨਾਂ ਭਰਾਵਾਂ ਦੇ ਸ਼ੌਕ ਨਾਲ ਮਹਿੰਦੀ ਲੈ ਕੇ ਜਾਂਦੀਆਂ ਅਤੇ ਤੁਸੀਂ ਸ਼ੌਕ ਨਾਲ ਹੀ ਲੈ ਕੇ ਜਾਣੀ ਨਾ ਅਫਸੋਸ ਨਾਲ ਕੌਣ ਨਹੀਂ ਜਾਂਦਾ ਮਹਿੰਦੀ ਨਹੀਂ ਮੁੰਡੇ ਦੀ ਜਿੰਨੀ ਉਮਰ ਦੱਸ ਰਹੇ ਹੋ ਇੱਕ ਇਹ ਵੀ ਸਾਡੇ ਕੋਲ ਹੈ ਵੀ ਦੇਖੋ ਇਹ ਭਾਈ ਇਹ ਚਿਰਾਗ ਛੋਟੇ ਆ ਭਾਅ ਜੀ ਮਹਿੰਦੀ ਵਾਲੇ ਐਡੇ ਹੀ ਹੁੰਦੇ ਉਹ ਕਬਰ ਵਾਲੇ ਹੁੰਦੇ ਵੱਡੇ ਸ਼ਗਨਾਂ ਦਾ ਕੰਮ ਆ ਐਡੇ ਹੀ ਹੁੰਦੇ ਆ ਤਾਂ ਕਿਹੜਾ ਕੋਈ ਸਾਰੀ ਰਾਤ ਚਲਾਉਣੇ ਆ ਆਹ ਲੈ ਲਓ ਆਹ ਲੈ ਲਓ ਆਹ ਤਾਂ ਆ ਜੈਲੀਆਂ ਪਾਉਣੀਆਂ ਸੀ ਇਹਦੇ 'ਚ ਭਾਅ ਜੀ ਇਹ 'ਚ ਮਹਿੰਦੀ ਪਾ ਕੇ ਉੱਤੋਂ ਮੋਮਬੱਤੀ ਲਾ ਦੇਣੀ ਆ ਬੱਚਿਆਂ ਦੇ ਅੱਜ ਸੋਹਣੇ ਲੱਗਦੀਆਂ ਫਿਰ ਰੈਤੇ ਵਾਲਾ ਥਾਲ ਲੱਗਣ ਡਿਆ ਭਾਅ ਜੀ ਵੱਡਾ ਦਿਖਾਓ ਨਾ ਬੱਚੀਆਂ ਇਹ ਲੈ ਜਾਓ ਆਹ ਦੇਖ ਲਓ ਇਹ ਕੀ ਹੈ ਜੀ ਇਹ ਵੀ ਮਹਿੰਦੀ ਹੈ ਭਾਅ ਜੀ ਅਤੇ ਅਜੀਬ ਜੀ ਬਣਾਈ ਆ ਇਹ ਤਾਂ ਜ਼ਿਮੀਂਦਾਰਾਂ ਦੇ ਘਰ 'ਚ ਐਂ ਤਲਵਾਰਾਂ ਲਟਕਾਈਆਂ ਹੁੰਦੀਆਂ ਉਹਨਾਂ ਨੇ ਐਂ ਲਾ ਕੇ ਸਾਹਮਣੇ ਇਹ ਜ਼ਿਮੀਂਦਾਰਾਂ ਵਾਲਾ ਤੁਸੀਂ ਜ਼ਿੰਮੇਦਾਰਾਂ ਵਾਲਾ ਲੈ ਲਓ ਆਹ ਲੈ ਲਓ ਇਹ ਭਾਅ ਜੀ ਇਹ ਲੈ ਲਓ ਇਹ ਲੈ ਲਓ ਨਹੀਂ ਇਹ ਮੈਨੂੰ ਤਾਂ ਅਜੀਬ ਜਿਹਾ ਹੀ ਲੱਗਾ ਵਾ ਇਹ ਤਾਂ ਐਵੇਂ ਜਿਵੇਂ ਟਿੰਡਾਂ ਵਾਲਾ ਖੂਹ ਹੁੰਦਾ ਐਂ ਕਰਕੇ
ਬੋਕਾ ਕੱਢਣਾ ਵਾ ਟੂਵਲ ਤੋਂ। ਭਾਅ ਜੀ ਭਾਈ ਦੀ ਉਮਰ ਕਿੰਨੀ ਕੁ ਜੀ ਦੀ ਸ਼ਾਦੀ ਜੀ? ਭਾਅ ਜੀ 55 ਸਾਲ ਹੋ ਗਏ ਭਾਈ। ਹਾਂਜੀ 55 ਸਾਲ। ਫਿਰ ਸ਼ੋਰ ਸ਼ਰਾਬਾ ਨਾ ਕਰੋ ਤੁਸੀਂ ਨਾ, ਗੈਬਾਨਾ ਹੀ ਉਹਨੂੰ ਲੈ ਕੇ ਚਲੇ ਜਾਓ ਚੁੱਪ ਕਰਕੇ। ਹੈਲੋ, ਗੈਬਾਨਾ ਜਨਾਜ਼ਾ ਹੁੰਦਾ, ਕਦੀ ਮਹਿੰਦੀ ਹੋਈ ਗੈਬਾਨਾ ਦੇਖੀ? ਫਿਰ ਭਾਅ ਜੀ ਇਹ ਲੈ ਲਓ ਤੁਸੀਂ, ਇਹ ਅੱਛਾ ਵਾ, ਇਹ ਪਲੇਟਾਂ ਲੈ ਲਓ, ਇਹ ਜਿਹਦੇ ਜਿੰਨਾ ਗੁੜ ਪਾਉਣਾ ਉਨਾ ਹੀ ਮਿੱਠਾ ਹੋਣਾ ਨਾ। ਗੁੜ ਹੁਣ ਮੈਂ ਪਿੰਡੋਂ ਲੈ ਆਵਾਂ? ਨਹੀਂ, ਜਿੰਨੇ ਪੈਸੇ ਖਰਚੋਗੇ ਉਹੋ ਜਿਹੀ ਚੀਜ਼ ਮਿਲ ਜੂਗੀ। ਆਹ ਤਾਂ ਬਹੁਤ ਯਾਰ, ਇਹ ਮੁੜ ਜਾਂਦਾ, ਫੋਲਡ ਹੋ ਜਾਂਦੀਆਂ ਪਲੇਟਾਂ, ਬੱਚੇ ਸੁੱਟਦੇ ਆ, ਕਈ ਹਾਦਸੇ ਹੋਏ ਆ ਇੱਦਾਂ, ਅੱਗ ਲੱਗ ਜਾਂਦੀ ਹੈ ਨਾ, ਅੱਗ ਲੱਗ ਜਾਂਦੀ ਹੈ। ਇਹ ਲੈ ਲਓ, ਚਲੋ ਇਹ ਮੈਂ ਦਿਖਾ ਦਿੰਦਾ। ਅਰਫਾਨ, ਸਾਡੇ ਕੋਲ ਹਰ ਕਿਸਮ ਦੀ ਚੀਜ਼ ਹੈਗੀ ਭਾਅ ਜੀ, ਇਹ ਸਦਰ ਬਾਜ਼ਾਰ ਨੁੱਕਰ 'ਤੇ ਦੁਕਾਨ ਆ, ਸਾਡੇ ਕੋਲ ਤਾਂ ਵਿਹਲ ਹੀ ਨਹੀਂ ਹੁੰਦਾ। ਆਹ ਸ਼ੁਕਰ ਆ ਹੁਣ ਗਾਹਕ ਹੀ ਤੁਸੀਂ ਆ ਗਏ ਹੋ। ਨਹੀਂ ਉਹ ਇਹ ਭਾਅ ਜੀ ਖੋਲਣਾ ਜ਼ਰਾ, ਭਾਈ ਇਕਬਾਲ ਆ ਮੇਰੇ ਤੋਂ ਵੱਡੇ। ਅੱਛਾ, ਉਹ ਝਲਾਰ 'ਤੇ ਰਹਿੰਦੇ ਆ, ਉਹਨਾਂ ਨੇ ਭੇਜਿਆ ਸੀ ਡਰਾਈਵਰ, ਕੰਟੋਨਮੈਂਟ ਬੋਰਡ ਦੇ ਵਿੱਚ ਨਾ ਡਰਾਈਵਰ ਲੱਗੇ। ਅੱਛਾ ਅੱਛਾ। ਉਹਨਾਂ ਨੇ ਕਿਹਾ ਸੀ ਵੀ ਇੱਥੋਂ ਨਾ ਸਦਰ ਚੌਂਕ 'ਚ ਲਿਆਉਣਾ ਵਾ। ਕੋਈ ਗੱਲ ਨਹੀਂ ਜੀ, ਮੋਸਟ ਵੈਲਕਮ, ਲਵੋ ਤੁਸੀਂ ਭਾਅ ਜੀ। ਇਹ ਲੈ ਲਓ, ਇਹ ਤੁਹਾਨੂੰ ਦਿਖਾ ਦਿੰਦੇ, ਇਹ ਲਓ, ਇਹ ਸੋਹਣੀਆਂ ਲੱਗਦੀਆਂ ਹੱਥ 'ਚ ਪੜੀਆਂ। ਇੱਧਰੋਂ ਆਓ, ਹਾਂ, ਤੁਰ ਕੇ ਆ ਜਾ ਹੱਥ 'ਤੇ ਰੱਖ ਕੇ। ਮੈਂ ਸਮਾਨ ਲੈਣ ਆਇਆ, ਤੈਨੂੰ ਆਡੀਸ਼ਨ ਦੇਣ ਆਇਆ, ਵੀ ਮੈਂ ਤੁਰ ਕੇ ਵਿਖਾਵਾਂ ਇੱਧਰ। ਤੁਸੀਂ ਕਹਿੰਦੇ ਸੀ ਨਾ ਵੀ ਆਹ ਹਲਕੀਆਂ ਹੈਗੀਆਂ, ਆਹ ਤਾਂ ਬਿਲਕੁਲ ਮੁੜ ਜਾਂਦੀਆਂ, ਫਿਰ ਇਹ ਲੈ ਲਓ ਭਾਅ ਜੀ। ਇਹ ਜਿਹੜੀ ਸ਼ੈਵ ਹੈ ਨਾ ਕਿਨਾਰਾ, ਹਾਂਜੀ, ਇੱਥੋਂ ਹੀ ਕੰਮ ਖਰਾਬ ਹੁੰਦਾ ਅਕਸਰ ਮਹਿੰਦੀਆਂ। ਉਹ ਭਾਈ ਜੀ ਇਹ ਤਾਂ ਹੁੰਦਾ ਵਾ ਸ਼ਗਨ, ਐਵੇਂ ਘੰਟਾ ਦੋ ਘੰਟੇ ਮੁੜ ਕੇ ਅਤੇ ਘਰ 'ਚ ਠੁੱਡੇ ਮਾਰਦੇ ਫਿਰਦੇ ਬੱਚੇ। ਮੇਰੀ ਗੱਲ ਇਹ ਕੋਈ ਡਿਨਰ ਸੈੱਟ ਦੀਆਂ ਪਲੇਟਾਂ ਨਹੀਂ, ਤੂੰ ਨੁਕਸ ਕੱਢਣ ਦਿਆਂ, ਇਹ ਮਹਿੰਦੀ ਵਾਲੀਆਂ। ਭਾਅ ਜੀ ਆਹ ਜਿਹੜੀਆਂ ਖੁਸ਼ਕ ਸ਼ੈਵਾਂ ਵਾ ਨਾ, ਆਹ ਜਿਹੜੀਆਂ, ਇਹ ਤੋਂ ਮਾੜੀ ਤਾਰ ਕਰ ਲੈਣਾ, ਛੱਟਾ ਲਾ ਲੈਣਾ ਪੂਰਾ ਪੂਰਾ, ਸ਼ਾਵਰ ਮਾਰ ਲੈਣਾ ਇੱਥੇ, ਇੱਥੋਂ ਹੀ ਅੱਗ ਲੱਗਦੀ ਹੈ, ਇੱਕ ਮਿੰਟ ਲੱਗਦਾ ਵਾ, ਅਤੇ ਉਹ ਤੇਰੀ ਗੱਲ ਸੁਣ ਕੇ ਮੈਨੂੰ ਅੱਗ ਲੱਗ ਗਈ ਆ ਵੀਰੇ, ਤੂੰ ਲੈਣਾ ਹੀ ਨਹੀਂ, ਖਵਾਉਣ ਆਇਆ ਸਾਨੂੰ। ਆਹ ਲੈ, ਆਹ ਆਹ ਸੋਹਣੀ ਹੈ ਚੀਜ਼, ਇਹ ਪਲੇਟ ਤੁਹਾਡੇ ਮੂੰਹ ਨਾਲ ਸੋਹਣੀ ਭਾਅ ਜੀ। ਨਹੀਂ ਮੈਂ ਵੈਸੇ ਗੱਲ ਕਰ ਰਿਹਾ, ਗੁੱਸਾ ਨਾ ਕਰਨਾ ਭਾਅ ਜੀ। ਭਾਅ ਜੀ ਉਹ ਗਲਾਸ ਜਿਹੜਾ ਵਾ ਉਹ ਚਾਹੀਦਾ। ਕਿੰਨੇ ਦਰਜਨ ਚਾਹੀਦੇ? ਮੈਂ ਬੱਸਾਂ 'ਚ ਪਾਣੀ ਵੇਚਣਾ ਭਾਅ ਜੀ, ਗਲਾਸ ਮੈਂ ਕਹਿੰਦਾ ਘਰ ਵਾਸਤੇ, ਡੈਕੋਰੇਸ਼ਨ ਵਾਸਤੇ, ਜਿਹੜੇ ਘਰ ਹੁੰਦੇ ਨੀ ਡੈਕੋਰੇਸ਼ਨ ਨਹੀਂ ਹੁੰਦੇ ਭਾਅ ਜੀ, ਇੱਕ ਗਲਾਸ ਹੁੰਦਾ ਜਿਹਦੇ 'ਚ ਲਾੜੇ ਨੂੰ ਦੁੱਧ ਪਿਆਈਦਾ। ਹਾਂਜੀ, ਉਹ ਤਾਂ ਕੁੜੀ ਵਾਲਿਆਂ ਨੇ ਲੈਣਾ, ਤੇਰੇ ਤਾਂ ਭਰਾ ਦਾ ਵਿਆਹ, ਤੁਸੀਂ ਕਹਿੰਦੇ ਨਹੀਂ ਲੈਣਾ। ਨਹੀਂ ਭਾਅ ਜੀ ਉਹ ਕੁੜੀ ਵਾਲੇ ਨਾ ਗਰੀਬ ਆ, ਉਹਨਾਂ ਨੂੰ ਮੈਂ ਕਿਹਾ ਸੀ ਕਿ ਤੁਹਾਨੂੰ ਮੈਂ ਸਪੋਰਟ ਕਰਾਂਗਾ ਗਲਾਸ ਦੀ, ਜੋ ਵੀ ਮੇਰੇ ਕੋਲ ਮਰਸਨ ਹੋ ਸਕਿਆ। ਮੈਂ ਉਹਨੂੰ ਕਿਹਾ ਸੀ ਵੀ ਤੁਸੀਂ ਘਬਰਾਉਣਾ ਨਹੀਂ, ਦੁੱਧ ਵਾਲਾ ਗਲਾਸ ਤੁਹਾਨੂੰ ਮੈਂ ਲੈ ਦਾਂਗਾ, ਬਕਾਇਆ ਖਰਚਾ ਤੁਸੀਂ ਆਪ ਕਰ ਲਿਓ। ਵਿੱਚ ਦੁੱਧ ਆਪ ਪਾਉਣਗੇ? ਮੈਨੂੰ ਦੁੱਧ ਵਾਲਾ ਗਲਾਸ ਦੇ ਰਿਹਾ, ਨਾਲ ਇੱਕ ਬੱਕਰੀ ਵੀ ਦੇ ਦੀ, ਵਿਚਾਰੇ ਚੋ ਕੇ ਦੁੱਧ ਪਾ ਲੈਣੇ। ਉਹ ਗਰੀਬ ਘਰ ਵਾ ਅਤੇ ਉਹ ਕਹਿੰਦੇ ਸੀ ਵੀ ਕੁਛ ਨਾ ਕੁਛ। ਚਲੋ ਕੋਈ ਨਹੀਂ, ਅੱਲਾਹ ਤਾਲਾ ਜੀ ਸਭ ਦੇ ਨਸੀਬ ਚੰਗੇ ਕਰੇ, ਗਰੀਬ ਅਮੀਰ ਵਿੱਚ ਹੀ ਹੁੰਦੇ ਆ, ਸਪੋਰਟ ਕਰਨੀ ਚਾਹੀਦੀ ਭੈਣ ਭਰਾਵਾਂ ਦੀ। ਤੁਸੀਂ ਅੱਜ ਤੁਸੀਂ ਗਲਾਸ ਲੈ ਕੇ ਦੇ ਰਹੇ, ਕੱਲ੍ਹ ਤੁਹਾਨੂੰ ਵੀ ਕੋਈ ਪਲੇਟਾਂ ਲੈ ਕੇ ਦੇ ਦੂੰ, ਇਹ ਤਾਂ ਜੀ ਨੂੰ ਜੀ ਆ ਨਾ। ਬੜੀ ਮਿਸਾਲ ਭਾਈ ਦਿੱਤੀ ਤੁਸੀਂ ਵੈਸੇ, ਤੂੰ ਗਲਾਸ ਦੇਂਦੇ ਆ, ਤੂੰ ਕੋਈ ਆਪਣੀ ਸਾਡੀ ਭੈਣ ਆ, ਚਲੋ ਧੀ ਆ, ਉਹਨੂੰ ਕੋਈ ਰਜ਼ਾਈਆਂ ਦੇ, ਕੋਈ ਫਰਿੱਜ ਦੇ ਦੇ, ਕੋਈ ਕੂਲਰ ਦੇ ਦੇ, ਬੜਾ ਤੂੰ ਆਸਾਨ ਕਰ ਰਿਹਾ। ਨਹੀਂ ਨਹੀਂ ਉਹ ਸਾਰਾ ਸਮਾਨ ਭਾਜੀ ਉਹਨਾਂ ਦਾ ਮੁਕੰਮਲ ਸੀ, ਸਿਰਫ ਨਾ ਗਲਾਸ ਥੋੜ੍ਹਾ ਸੀ। ਹਾਂਜੀ, ਉਹ ਕਹਿੰਦੇ ਵੀ ਇਹਦੇ ਪੈਸੇ ਸਾਡੇ ਕੋਲ ਹੈ ਨਹੀਂ ਗੇ, ਮਹਿੰਗੀ ਆਈਟਮ ਆ। ਚਲੋ ਗਲਾਸ ਵੀ ਤੁਹਾਨੂੰ, ਇਹ ਤੁਸੀਂ ਲੈ ਦਿਓ ਸਾਨੂੰ। ਅਤੇ ਗਲਾਸ ਭਾਅ ਜੀ ਕਿੰਨੇ, ਮਤਲਬ ਕਿੰਨੇ ਕੁ ਦੁੱਧ, ਤਫੀਕ ਕਿੰਨੀ ਕੁ ਵਿੱਚ ਦੁੱਧ ਪਾਉਣ ਦੀ ਤੁਹਾਡੀ? ਤਫੀਕ ਕਿਲੋ ਕਿੰਨਾ ਕਲਾ ਦੇ ਭਾਅ ਜੀ? ਰੋਜ਼ ਰੋਜ਼ ਸ਼ਗਨਾਂ ਦੇ ਕੰਮ ਨਹੀਂ ਹੁੰਦੇ, ਭਰਾ ਦਾ ਵਿਆਹ ਵਾ, ਖੁੱਲ੍ਹਾ ਹੀ ਖਰਚਾ ਕਰਨਾ ਵਾ, ਤੁਸੀਂ ਨਾ ਅੱਧ ਕੁ ਪਾਲਾ ਦੇਵੋ ਗਲਾਸ। ਅੱਧ ਪਾਲਾ ਦੇ ਵੀਰੇ ਪਊਆ ਬੰਦ ਹੋ ਗਿਆ, ਤੂੰ ਗਲਾਸ ਲੱਭਣ ਦੇ ਆ ਭਾਈ, ਹੁਣ ਦੁੱਧ ਮਨਾ ਅੱਧ ਪਾ ਪਾ ਰਹੇ ਤੁਸੀਂ ਉਹਨੂੰ? ਨਹੀਂ ਉਹ ਕੁੜੀ ਵਾਲਿਆਂ ਨੇ ਕਿਹਾ ਨਾ ਵੀ ਗਰੀਬ ਆ ਨਾ, ਜੋ ਗਰੀਬ ਆ ਨਾ ਮੇਰਾ, ਤੂੰ ਗਲਾਸ ਰਹਿਣ ਦੇ ਵੀਰੇ, ਆਪਣੇ ਭਰਾ ਨੂੰ ਨਾ ਪਿਆਲੇ 'ਚ ਰੱਖ ਕੇ ਨਾ ਇੱਥੇ ਉੱਥੇ ਦੁੱਧ ਪਿਆਈ ਕਰ ਲੈਣਾ ਉਹਦੀ। ਚਲੋ ਉਹ ਤਾਂ ਉਹਨਾਂ ਦਾ ਮਸਲਾ ਵਾ ਨਾ, ਤੁਸੀਂ ਗਲਾਸ 'ਤੇ ਦਿਖਾਓ ਕੋਈ ਗਲਾਸ ਦੇ ਨੇ। ਅਰਫਾਨ ਗਲਾਸ ਦੇ ਵਧੀਆ ਜਿਹਾ ਭਾਈ ਨੂੰ, ਸਾਡੇ ਕੋਲ ਹਰ ਕਿਸਮ ਦਾ ਗਲਾਸ ਆ ਭਾਅ ਜੀ, ਲਿਆਓ। ਲਓ ਭਾਅ ਜੀ, ਇਹ ਬਿਸਮਿਲ੍ਲਾ, ਵੇਖ ਕਿੱਡਾ ਵਧੀਆ, ਤੁਹਾਡੇ ਖਾਨਦਾਨ 'ਚ ਇਹੋ ਜਿਹੇ ਗਲਾਸ ਨਹੀਂ ਹੋਣਾ, ਕਿਸੇ ਨੇ ਪਾਣੀ ਨਹੀਂ ਪੀਤਾ ਹੋਣਾ ਇਹੋ ਜਿਹੇ ਗਲਾਸ। ਖਾਨਦਾਨ ਦੀ ਤਾਂ ਨਾ ਗੱਲ ਕਰੋ, ਤੁਸੀਂ ਦੁਕਾਨਦਾਰ ਹੋ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ। ਇਹ ਦੇਖੋ ਕਿੱਡਾ ਸੋਹਣਾ, ਇਹ ਕੀ ਆ, ਕੁੜੀਆਂ ਲੈ ਕੇ ਆਉਣਗੀਆਂ ਨਾ ਇਹ 'ਚ ਦੁੱਧ ਪੀਣਾ, ਅਤੇ ਇਹ 'ਚ ਤੋਤਾ ਰੱਖਣਾ ਅਸੀਂ ਨਾਲ, ਆਹ ਕੀ ਇਹ ਦੇਖੋ ਭਾਅ ਜੀ ਕਿੱਡਾ ਖੂਬਸੂਰਤ ਹੈ। ਭਾਅ ਜੀ ਉਹ ਗਰੀਬ ਆਦਮੀ ਆ, ਤੁਸੀਂ ਗਲਾਸ ਜਿਹੜਾ ਨਾ ਬਹੁਤਾ ਸ਼ਾਈਨਿੰਗ ਵਾਲਾ ਦੇ ਦਿੱਤਾ ਸੀ, ਕਿਹੜਾ ਅਕਬਰ ਬਾਦਸ਼ਾਹ ਨੂੰ ਦੁੱਧ ਪਿਆਉਣ। ਤੁਸੀਂ ਆਪ ਹੀ ਕਿਹਾ ਦਿਖਾਓ ਯਾਰ, ਆਪਣੇ ਕੋਲ ਇੱਕ ਗਲਾਸ ਪਿਆ ਸੀਗਾ ਇੱਥੇ ਪਾਣੀ ਪੀਣ ਵਾਲਾ, ਹੈਲੋ ਦੇ ਦਿਓ ਭਾਈ ਨੂੰ। ਭਾਅ ਜੀ ਹੈਲੋ, ਉਹ ਸਾਰਾ ਜੂਠਾ ਗਲਾਸ ਤੁਸੀਂ ਸਾਨੂੰ ਦੇਣਾ ਵਾ, ਜਿਹੜਾ ਤੁਸੀਂ ਧੋ ਲੈਣਾ ਭਾਅ ਜੀ, ਜੂਠਾ ਕਾਹਦਾ ਹੁੰਦਾ ਵਾ, ਸਾਬਣ ਵੀ ਸਾਡੇ ਕੋਲ ਦੇ ਪਿਆ, ਉਹ ਵੀ ਲੈ ਜਾਣਾ ਤੁਸੀਂ।
ਦੇਖ ਲਓ ਆ ਹੋਰ ਗਲਾਸ ਦਿਖਾ ਦਿਓ ਭਾਜੀ ਸਾਡਾ ਯਾਰ ਦਿਖਾਓ ਗਲਾਸ ਇਹ ਦੇਖ ਲਓ ਭਾਜੀ ਮੁੜ ਕੇ ਜ਼ਾਇਆ ਹੀ ਹੋ ਜਾਣਾ ਜ਼ਾਇਆ ਕੱਲ ਹੀ ਹੋਣਾ ਇਹ ਤਾਂ ਘਰਾਂ 'ਚ ਪਿਆ ਸੋਹਣਾ ਲੱਗਦਾ ਸ਼ਗਰਾਂ ਦਾ ਗਲਾਸ ਤਾਂ ਸੁੱਟਦਾ ਹੀ ਨਹੀਂ ਅਗਲੇ ਇਹ ਕਿੰਨੇ ਦਾ ਭਾਜੀ ਹੈਂਜੀ ਆਹ ਕਿੰਨੇ ਦਾ 2000 ਰੁਪਏ ਹਾਂਜੀ ਇਹ 2000 ਦਾ ਸਮੇਤ ਦੁੱਧ ਦੁੱਧ ਹੁਣੇ ਹੀ ਪਾ ਲੈਣਾ ਤੁਸੀਂ ਯਾਰ ਕਿੱਦਣ ਵਿਆਹ ਅਜੇ ਤੇਲ ਮਹਿੰਦੀ ਆ ਨਹੀਂ ਤੇ 2000 ਰੁਪਇਆ ਯਾਰ ਇੰਨਾ ਮਾੜਾ ਜਿਹਾ ਗਲਾਸ ਇਹ ਇੱਕ ਕੱਚ ਦਾ ਗਲਾਸ ਆ ਬਾਕੀ ਰੀਬਨ ਲੱਗੇ ਆ ਹੋਰ ਕੀ ਹੈ ਮੈਂ ਤੁਹਾਨੂੰ 2000 ਦਾ ਇਹ 'ਚ ਕਿਹੜੇ ਤੁਸੀਂ ਡਾਇਮੰਡ ਲਾਤੇ ਉਹਦੀ ਡੈਕੋਰੇਸ਼ਨ ਤਾਂ ਦੇਖ ਵੀਰੇ ਇੱਥੇ ਪਿਆ ਵੀ ਸੋਹਣਾ ਲੱਗਾ ਕੁੜੀਆਂ ਲੈ ਕੇ ਆਉਣਗੀਆਂ ਅਤੇ ਚਲੋ ਵੀ ਪਤਾ ਤਾਂ ਲੱਗੂ ਨਾ ਵੀ ਦੁੱਧ ਪਿਆਉਣ ਆਈਆਂ ਸਾਲੀਆਂ ਆ ਕਾਹਦਾ ਕਿਤੇ ਕੇਬਲ 'ਤੇ ਫੋਟੋ ਚੱਲਣੀ ਉਹਨਾਂ ਦੀ ਇਹ 2000 ਦਾ ਦੁੱਧ ਆ ਦੁੱਧ ਪਿਆਈ ਤੁਸੀਂ ਸਿਰਫ 500 ਦੇਣਾ ਨਹੀਂ ਉਹਦੇ ਕੋਈ ਰੌਲਾ ਨਹੀਂ ਖੁੱਲ੍ਹੇ ਦੇਵਾਂਗੇ ਪੈਸੇ ਉਹਨਾਂ ਫਿਰ ਆਹ ਲੈ ਲਓ ਆਹ ਸਸਤਾ ਭਾਈ ਥੋੜ੍ਹਾ ਜਿਹਾ ਇਹ ਲਓ ਆਹ ਲੈ ਲਓ ਨਾਲ ਇਹ ਤੇਲ ਮਹਿੰਦੀ ਦਾ ਸਮਾਨ ਤਾਂ ਔਰਤਾਂ ਲੈ ਕੇ ਆਉਂਦੀਆਂ ਯਾਰ ਉਹਨਾਂ ਨੂੰ ਭੇਜ ਯਾਰ ਮੈਂ ਔਰਤਾਂ ਹੁਣ ਮੈਂ ਆਪ ਲਿਪਸਟਿਕ ਲਾ ਲਾਂ ਬੇਸ ਬਣਾ ਕੇ ਆ ਜਾਂ ਤੇਰੇ ਕੋਲ ਨਹੀਂ ਇਹ ਧੀਆਂ ਭੈਣਾਂ ਦਾ ਕੰਮ ਹੈ ਇਹੋ ਜਿਹਾ ਧੀਆਂ ਭੈਣਾਂ ਦਾ ਕਿ ਤੁਹਾਨੂੰ ਤਾਂ ਪੈਸੇ ਹੀ ਚਾਹੀਦੇ ਨੇ ਕਿੱਦਣ ਆ ਭਾਈ ਦੀ ਸ਼ਾਦੀ ਹਫ਼ਤੇ ਨੂੰ ਭਾਈ ਮਹਿੰਦੀ ਆ ਅਤੇ ਐਤਵਾਰ ਨੂੰ ਬਰਾਤ ਤੇ ਮਰ ਤੂੰ ਜਾ ਉੱਥੇ ਨਾਈ ਨੂੰ ਲੱਕੜਾਂ ਦੇ ਦੇਗਾਂ ਥੱਲੇ ਲਾਵੇ ਕੋਈ ਗੰਢੇ ਕੱਟ ਬਹਿ ਗਏ ਤੂੰ ਕਿਹੜੇ ਕੰਮ 'ਚ ਪੈ ਗਿਆ ਤੇਰਾ ਸਾਡਾ ਹਿਸਾਬ ਹੀ ਨਹੀਂ ਬਣਨਾ ਭਾਈ ਘਰਾਂ 'ਚ ਸਰਬਰਾਹ ਹੁੰਦੇ ਆ ਨਾ ਕੋਈ ਨਾ ਕੋਈ ਅੱਛਾ ਚਲੋ ਫਿਰ ਇਹ ਲੈ ਲਓ ਭਾਜੀ ਜਲਦੀ ਕਰੋ ਇਹ ਲੈ ਲਓ ਇਹਦਾ 1000 ਰੁਪਇਆ ਦੇ ਦੇਣਾ ਚਲੋ ਨਹੀਂ ਭਾਈ ਮਹਿੰਗਾ ਇਹ ਵੀ ਤੁਹਾਡੇ ਲਈ ਆ ਨਹੀਂ ਨਹੀਂ 1000 ਰੁਪਇਆ ਜ਼ਿਆਦਾ ਵਾ ਇਹ ਵੀ ਮਹਿੰਗਾ ਹਾਂਜੀ ਤੁਸੀਂ ਭਾਜੀ ਨਾ ਫਿਰ ਆਪਣੇ ਭਰਾ ਨੂੰ ਨਾ ਬੁੱਕ 'ਚ ਦੁੱਧ ਪਿਆਈ ਕਰ ਲਓ ਉਹਦੀ ਜਾਂ ਮੱਝ ਦੇ ਮੂੰਹ 'ਤੇ ਕਰਾ ਦਿਓ ਉਹਨੂੰ ਡਾਇਰੈਕਟ ਦੁੱਧ ਪੀ ਲਓ ਤੁਸੀਂ ਗੱਲਾਂ ਨਾ ਕਰੋ ਹਾਂ ਸ਼ਗਨਾਂ ਦੇ ਕੰਮ ਹੈ ਇੰਜ ਦੀਆਂ ਗੱਲਾਂ ਨਹੀਂ ਕਰੀ ਐਡਾ ਸੋਹਣਾ ਤੁਹਾਨੂੰ ਦਿਖਾਇਆ ਭਾਜੀ ਆ 2000 ਰੁਪਈਆ ਨਾ ਨਹੀਂ ਭਾਜੀ 200 ਘੱਟ ਦੇ ਦੀ ਹਾਂਜੀ 200 ਘੱਟ ਦੇ ਦੀ ਆਹ ਦੇਖੋ ਦੁਲਹਨ ਦੁਲਹਾ ਵੀ ਇਹ ਦੇਖੋ ਨਾਲ ਕੀ ਕੁੜੀਆਂ ਲੈ ਕੇ ਆਉਣਗੀਆਂ ਅਗਲੀਆਂ ਇਹ ਤਾਂ ਕਹਿਣਾ ਕੋਈ ਗਲਾਸ ਬਣਿਆ ਭਾਜੀ ਕੋਈ ਹੋਰ ਖਰਚੇ ਵੀ ਘਰਾਂ 'ਚ ਹੈ ਵਾ ਮੈਂ ਕਿਹਾ ਸਾਰਾ ਇਹ ਹੁਣ ਗਲਾਸ 'ਤੇ ਥੋੜ੍ਹਾ ਲਾ ਦੇਣਾ ਅਤੇ ਫਿਰ ਭਾਜੀ ਰਹਿਣ ਦਿਓ ਤਾਂ ਗਲਾਸ ਹੋਰ ਕਿਸੇ 'ਚ ਦੁੱਧ ਪਿਆ ਦੇਣਾ ਤੁਸੀਂ ਉਹਨੂੰ ਰੱਖੋ ਜੀ ਉੱਥੇ ਤਲਹਾ ਆਹ ਫੜ ਯਾਰ ਇਹ 2 ਦਰਜਨ ਕਰ ਦਿਓ ਇਹ ਜਾਓ ਯਾਰ ਬਾਹਰ ਵੀ ਇੱਕ ਬੰਦਾ ਤਿਆਰ ਯਾਰ ਛੇਤੀ ਕਰ ਗਾਹਕੀ ਭਾਜੀ ਭਾਜੀ ਆਹ 2 ਦਰਜਨ ਇਹ ਕਰ ਦਿਓ ਇਹ 2 ਦਰਜਨ ਕਰ ਦਿੰਦੇ ਆ ਭਾਜੀ ਦੇਖ ਲਓ ਬਾਅਦ 'ਚ ਨਾ ਕਹਿਣਾ ਪਲੇਟਾਂ ਤਿੜਕੀਆਂ ਨੇ ਜਾਂ ਨੁੱਕਰ ਭੁਰੀ ਹੈ ਇਹਦੀ ਠੀਕ ਆ ਨਾ ਇਹ ਭਾਜੀ 2 ਦਰਜਨ ਇਹ ਕਰ ਦਿਓ ਕੁੱਲਾ ਭਾਜੀ ਦਿਖਾ ਕੁੱਲਾ ਹਾਂਜੀ ਭਾਜੀ ਦਾ ਸਿਰ ਕਿੱਦਾਂ ਦਾ ਤੁਹਾਡੇ ਵਰਗਾ ਜੀ ਸਿਰ ਕਿੱਦਾਂ ਦਾ ਸਿਟੀ ਸਕੈਨ ਕਰਨਾ ਵਾ ਕੁੱਲਾ ਦੇਣਾ ਤੁਸੀਂ ਆਹ ਕੁੱਲੇ 3-4 ਪਾਉਣਾ ਜੀ ਨਹੀਂ ਸੂਟ ਕਿੱਦਾਂ ਦਾ ਪਾਉਣਾ ਭਾਜੀ ਨੇ ਸ਼ੇਰਵਾਨੀ ਪਾਉਣੀ ਪਹਿਲੇ ਕਦੀ ਪਾਈ ਉਹਨੇ ਯਾਰ ਪਹਿਲਾਂ ਕੌਣ ਪਾਉਂਦਾ ਵਾ ਦੁੱਲੇ ਦੇ ਵਿਆਹਾਂ 'ਤੇ ਹੀ ਚੱਲਦੀ ਆ ਆਮ ਰੂਟੀਨ 'ਚ ਕੰਮ 'ਤੇ ਜਾਣ ਲੱਗਿਆਂ ਕਿਹੜਾ ਸ਼ੇਰਵਾਨੀ ਪਾਉਂਦਾ ਜੀ ਵਿਆਹ ਵਾਲੇ ਦੇਣੀ ਨਾ ਮੈਂ ਕਿਹਾ ਉਹ ਕਲਰ ਦੇ ਨਾਲ ਮੈਚ ਕਰਦੀ ਆ ਨਾ ਉਹ ਅੱਛੀ ਲੱਗੇਗੀ ਭਾਜੀ ਆਹ ਕੁੱਲਾ ਨਾ ਇਹ ਭਾਜੀ ਦੇਖ ਲਓ ਹਾਂਜੀ ਇਹ ਦੇਖੋ ਹੋਰ ਇੱਕ ਦਿਖਾ ਦਿਓ ਹੋਰ ਵਾਈਟ ਵੀ ਕਿਉਂਕਿ ਬਲੈਕ ਤਾਂ ਹੈ ਹੀ ਨੇ ਸਾਰੇ ਇਹ ਦੇਖ ਲਓ ਭਾਜੀ ਭਾਈ ਦੀ ਨਾ 34 ਵੇਸਟ ਆ ਉਹਦੇ ਹਿਸਾਬ ਨਾਲ ਕੁੱਲਾ ਦੇਣਾ ਉਹ ਯਾਰ ਜੀਨਸ ਦੀ ਪੈਂਟ ਲੈਣ ਆਇਆ ਤੂੰ ਵੇਸਟ ਦਾ ਕੁੱਲੇ ਨਾ ਕੀ ਤਲਕ ਭਾਜੀ ਨੇ ਸਿਰ 'ਤੇ ਪਾਉਣਾ ਲੱਕ ਨਾ ਬੰਨਣਾ ਨਹੀਂ ਭਾਜੀ ਉਹ ਪਤਾ ਲੱਗ ਜਾਂਦਾ ਵਾ ਵੀ ਬੰਦਾ ਕਿੰਨਾ ਕੁ ਹੈਲਦੀ ਆ ਉਹਦੇ ਹਿਸਾਬ ਨਾਲ ਅੱਛਾ ਭਾਜੀ ਇਹ ਹੈਗਾ ਵਾ ਕੁੰਡਲੇ ਦੇ ਕੁੰਡਲਾਂ ਦੇ ਵਾਲ ਨਹੀਂ ਹੁੰਦੇ ਜਿਹੜੇ ਕੁੰਡਲਾਂ ਦੇ ਵਾਲ ਉਹਨਾਂ ਵਾਸਤੇ ਆਹ ਸਟੇਟ ਵਾਲਾਂ ਵਾਸਤੇ ਜਿਹੜੇ ਸਹੀ ਹੁੰਦੇ ਅਗਰ ਤੁਹਾਡੇ ਵਰਗਾ ਤਾਂ ਫਿਰ ਵਿੱਚ ਪਤਾਵਾ ਰੱਖ ਦਿੰਦੇ ਯਾਰ ਮੈਂ ਗਾਮ ਸ਼ੂ ਲੈਣ ਡਿਆ ਵਾ ਥੱਲੇ ਰੱਖ ਇਹਨੂੰ ਨਹੀਂ ਉਹ ਸਿਰ 'ਤੇ ਤਾਂ ਪਾ ਕੇ ਦੇਖ ਨਹੀਂ ਸਿਰ 'ਤੇ ਪਾ ਕੇ ਦੇਖਣਾ ਵਾ ਵੀ ਸੇਮ ਭਾਜੀ ਦਾ ਸਿਰ ਨਾ ਇਹ ਨਾ ਲੈਣਾ ਕਿਉਂਕਿ ਇਹ ਤੁਹਾਡੇ ਕਲਰ ਨਾਲ ਮੈਚ ਕਰ ਰਿਹਾ ਇਹ ਨਾ ਲੈਣਾ ਇਹ ਵਾਈਟ ਲਵੋ ਯਾਰ ਭਾਜੀ ਦਾ ਕਲਰ ਮੇਰੇ ਵਰਗਾ ਹੀ ਆ ਸਫੇਦ ਹੀ ਆ ਵਾਈਟ ਕਲਰ ਆ ਉਹਨਾਂ ਦਾ ਅੱਛਾ ਜੀ ਕਾਲਾ ਸਫੈਦ ਇਹ ਅੱਛਾ ਭਾਜੀ ਭਾਜੀ ਦੀ ਸ਼ਾਦੀ ਆ ਤੁਹਾਡੀ ਨਹੀਂ ਇਹ ਕਿੰਨੇ ਦਾ ਜੀ ਹੈਂਜੀ ਇਹ ਮੈਨੂੰ ਚੰਗਾ ਲੱਗਿਆ ਕਿੰਨੇ ਦਾ ਚਲੋ ਇਹ ਲੈ ਲਓ ਸਾਡੇ ਵੱਲੋਂ 2500 ਰੁਪਏ ਦਾ ਜੀ ਲਓ ਜੀ ਨਾ ਤੁਹਾਡਾ 2500 ਹਾਂ ਅਤੇ ਨਾ ਮੇਰਾ 700 ਰੁਪਇਆ ਦਊਂਗਾ ਇਹਦਾ ਤੁਸੀਂ ਭਾਜੀ ਦੇ ਨਾ ਸਿਰ 'ਤੇ ਅਖਬਾਰ ਦਾ ਬਣਾ ਕੇ ਨਾ ਉਹ ਬੰਨਦੇ ਹੋ ਜਾਂ ਹੁੰਦਾ ਨਾ ਖਾਕੀ ਲਿਫਾਫਾ ਉਹ ਭਾਜੀ ਦੇ ਸਿਰ 'ਤੇ ਪਾ ਦਿਓ ਉੱਤੇ ਲਿਖਾ ਦਿਓ ਸ਼ਾਦੀ ਮੁਬਾਰਕ ਉਹ ਭਾਜੀ 700 ਦਾ ਕਿਹੜਾ ਕੁੱਲਾ ਹੁੰਦਾ ਭਾਜੀ ਖਰਚੇ ਹੋਰ ਵੀ ਆ ਨਾ ਘਰ ਤੂੰ ਉਹ ਘਰ ਆ ਮੇਰਾ ਭਰਾ ਤੇਰੀ ਸਾਡੀ ਗੱਲ ਨਹੀਂ ਬਣਨੀ ਉਹ ਪਹਿਲੇ ਘਰ ਆ ਤੁਹਾਨੂੰ ਕਹਾਂ ਗਾਹਕੀ ਦਾ ਟਾਈਮ ਆ ਜੁਮਾ ਹਫ਼ਤਾ ਐਤਵਾਰ 3 ਦਿਨ ਸਾਡਾ ਕੰਮ ਹੁੰਦਾ ਵਾ ਸਾਡੇ ਕੋਲ ਮਸ਼ਹਿਰੀ ਦਾ ਸਮਾਨ ਵੀ ਆ ਅੱਜ ਤੂੰ ਮਹਿੰਦੀ ਦਾ ਪੂਰਾ ਨਹੀਂ ਲਿਆ ਭਾਜੀ ਮਹਿੰਦੀ ਦਾ ਹੋ ਗਿਆ ਪਲੇਟਾਂ ਹੋ ਗਈਆਂ ਨਾ ਮਹਿੰਦੀ ਅਸੀਂ ਲੈ ਲਾਂਗੇ ਅੱਛਾ ਤੇ ਕੁੱਲਾ ਕਰ ਦਈਏ ਹਾਂਜੀ ਆਹ ਕੁੱਲਾ 2200 ਰੁਪਇਆ ਦੇ ਦਈਏ ਲੈ ਹਾਂਜੀ 2200 ਨਹੀਂ 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 1800 ਰੁਪਇਆ ਦੇਵਾਂਗਾ ਇਹਦਾ ਚੱਲ 2000 ਰੁਪਇਆ ਦੇ ਦਈਏ ਨਹੀਂ ਨਹੀਂ 1800 ਰੁਪਇਆ ਭਾਜੀ 1800 ਕਹਿੰਦੇ ਆ
चलो साढ़े 1800 रुपया देना पंजा बड़े वधा रहे हैं भाई तू 1900 रुपया हाँ जी 1900 1801 1802 1803 ये किन्ने 1800 हो गए नहीं नहीं ये मेरा हो गया कुल्ला सन 1918 चलो भाई डिजाइन दिखाओ अपना ना मसैरी दे भी ते भाई दे कार भी सजानी है वो भी है तुहानू मेहंदी का समान तो पूरा लै ला प्लेटा लिया बस प्लेटा लै लिया नहीं साफे जे भी होंगे गला च पाउण वाले मैं लैना भाई पहला मैनू आ समान दिखा दो हेलो आ देख लो जी ए मसैरी दे डिजाइन है जी घर किदा का अपना सीमट सूमट तो नहीं उतर रहा तुहाड़ी कंधा नालों नहीं नहीं वो ताज़ा करवाया सफेदियाँ मसैरी कितने लानी कितने है भाजी मंजिया वाली मसैरी बनानी है वो ना बैड नहीं हजे लिया गया ना साढ़े को दो मंजिया जोड़ के ना उत्थे मसैरी बनानी तो वो तो बाहर मच्छरदानी भी लानी नहीं मच्छरदानी नहीं मसैरी बनानी तू मंजी तो बना मुंडे डेंगी है नहीं वो बैड जरा ना सारे मंजिया तो कौन बना अजक मुड़ के मसहरी चौके कभी धुप्पे करते फिर कभी छावे करते फिर भाई फर्नीचर वाले ने ना सानू गेड़ा कराता अच्छा उन्होंने असं बैड का किया तो उन्होंने हूँ कहें जी तुम हफ्ते बाद देवगा भाजी मंजी तो बना सकते तो किन्ने बजे बरात चुकनी है हेलो चुकनी की मतलब जिस हिसाब का कह दिया मंजी वाली है ही नहीं तो भाई बैड वाली वा तो अभी समान लै जाना तो तुम आप बना लेना मंजी वाली ए देखो है वे किड़ी किड़ी आला चीज़ है मंजी कमरे के बेड़े च हाँ जी जिते मर्जी तु फिर भाजी तुम सियाने बयाने वेड़े जी के मसहरी लाता तो भाई भीरे मंजी तो भी कोई नहीं लाता भाजी भी सही कह रहे हैं चलो जी ए करो फाइनल एक मैनू इतने ना इंग्लिश नज़र आई सी मंजी वाली जड़ी आ केड़ी ए फाइनल कर दो आ जड़ी है भाजी आ देखियो आ जड़ा इंग्लिश स्टाइल आ ये सही है ਇਹਦੀ ਕੀਮਤ ਬਸ ਪੈਂਦਾ ਨਾ ਨਜ਼ਰ ਆਉਣ ਇਹਦੇ 'ਚੋਂ ਨਾ ਕਿੱਦਾਂ ਦੀ ਮਸੈਰੀ ਲਾ ਯਾਰ ਨਾ ਬੈਡਸ਼ੀਟ ਲਈ ਕਿਉਂਕਿ ਲੈਣੀ ਪਏਗੀ ਨਹੀਂ ਬੈਡਸ਼ੀਟਾਂ ਉਹ ਲੈ ਲਾਂ ਪੁਰਾਣੀਆਂ ਚਾਦਰਾਂ ਹੈਗੀਆਂ ਵਾ ਦੋ ਵਿਛਾ ਦੇਣੀਆਂ ਥੱਲੇ ਦਰੀ ਇਹ ਤੁਹਾਡਾ ਕੰਮ ਹੈ ਸਾਡਾ ਕੰਮ ਫਲਾਵਰਿੰਗ ਦਾ ਯਾਰ ਮੇਰੀ ਗੱਲ ਸੁਣੋ ਉਹਨਾਂ ਨੂੰ ਸਜਾਣਾ ਬੈਡ ਨੂੰ ਨਹੀਂ ਫੁੱਲ ਤੇ ਲਾਉਣਾ ਹੀ ਨਹੀਂ ਨਾ ਫੁੱਲ ਮਾਫਕ ਹੀ ਨਹੀਂ ਇਹਨਾਂ ਨੂੰ ਭਾਜੀ ਜਿਹੜੇ ਮੰਜੀ ਦੇ ਲਾ ਰਹੇ ਮਸਹਿਰੀ ਵੈਸੇ ਤਾਂ ਕਰ ਲਓ ਨਾ ਖਾਲੀ ਪੱਤੇ ਹੀ ਲਾਣੇ ਮੈਂ ਬੋਲਾਂ ਦਾ ਰੇਟ ਹੀ ਨਾ ਹੋਵੇ ਬਣੇ ਇਹਨਾਂ ਦਾ ਕੀ ਇਹਦਾ ਕੀ ਰੇਟ ਹੈ ਮਸਹਿਰੀ ਲਾ ਕੇ ਨਾ ਮੰਜੀ ਨਾਲ ਮੰਜੀ ਵਾਲੀ ਬਣਾ ਦਿੰਦੇ ਆ ਫੁੱਲ ਨਾਲ ਲਵਾਓ ਨਿੰਮ ਦੇ ਪੱਤੇ ਲਵਾ ਲਓ ਨਾਲ ਨਿੰਮ ਦੇ ਪੱਤੇ ਮੇਰੀ ਦੇ ਲਾ ਦਿੰਦੇ ਮੋੜੇ ਹੋਏ ਲਾੜੇ ਨੂੰ ਫਿਰ ਭਾਈ ਮੰਜੀ ਵਾਲੀ ਕਿਹੜੀ ਮੰਜੀ ਭਾਈ ਤੁਸੀਂ ਤੁਹਾਡਾ ਕਾਹਦਾ ਕਾਰੀਗਰ ਹੋਣ ਦਾ ਫਾਇਦਾ ਭਾਜੀ ਤੁਸੀਂ ਇੰਨਾ ਅਸੀਂ ਲਾ ਦਾਂਗੇ 4 ਸੋਟੀਆਂ ਲਾਉਣੀਆਂ ਨਾ ਸਾਈਡਾਂ ਤੇ ਬੰਜੀ ਤੇ ਭਾਜੀ ਹੈਰੀ ਗੋਲਡ ਲਾ ਦਿਓ ਸਾਡੇ ਵੱਲੋਂ ਮਸਹਿਰੀ ਲਾਉਣੀ ਆ ਬਸ ਤੇ ਨਾਲੇ ਕੀ ਰੇਟ ਆ ਇਹਦਾ ਇਹਦਾ ਰੇਟ ਹੈਗਾ 8000 ਰੁਪਿਆ 8000 ਰੁਪਿਆ ਮਜ਼ਦੂਰੀ ਵੀ ਦੇ ਨੈਟ ਦੇ ਪੈਸੇ ਸਟਿੱਕਰ ਦੇ ਪੈਸੇ ਹਰ ਚੀਜ਼ ਦੇ ਦੀ ਵਿੱਚ 8000 ਕੁਛ ਵੀ ਨਹੀਂ ਪੈਸੇ ਨਹੀਂ ਜਾਣ ਆਉਂਦਾ ਹੀ ਹੈ ਨਹੀਂ 4 ਸੋਟੀਆਂ ਲਾਓਗੇ ਨਾ ਤੇ ਤੁਸੀਂ ਦੋ 4 ਸੋਟੀਆਂ ਮੰਜੀ ਤੇ ਲਾਉਣੀਆਂ ਤੇ ਦੋ ਤਿੰਨ ਤੇਰੇ ਵੀ ਲਾਉਣੀਆਂ ਉਹ ਪਿਓ ਜੀ ਮੇਰੇ ਕੋਲ ਲਾਉਣੀਆਂ ਪੈਸੇ ਨਹੀਂ ਦੇਣਾ ਤਾਂ ਨਹੀਂ ਤੁਸੀਂ ਸੋਟੀਆਂ ਘਟਾਓ ਨਾ ਤਿੰਨਾਂ ਸੋਟੀਆਂ ਵੀ ਲਾ ਦਿਓ ਵੀਰੇ 4 ਲੱਗਣੀਆਂ ਐਂਡਾਂ ਦੇ ਫਿਰ ਇੰਜ ਵੀ ਲੱਗਣੀਆਂ ਇੰਜ ਇੰਜ ਉਹ ਯਾਰ ਕਿੰਨੀਆਂ ਕੁ ਸੋਟੀਆਂ ਵਾ ਤੁਸੀਂ ਇੱਕ ਸਿਰਕੀ ਲੈ ਲਿਓ ਉੱਤੇ ਕਾਨੇ ਦੀ ਸਿਰਕੀ ਨਹੀਂ ਸੋਟੀ ਕਿਹੜੀ ਲਾਉਣੀ ਸ਼ਤੂਤ ਦੀ ਟਾਲੀ ਦੀ ਕਿਹੜੀ ਲਾਉਣੀ ਹੈ ਜਾਂ ਉਹ ਜਿਹੜੀ ਰਜ਼ਾਈਆਂ ਭਰਨ ਵਾਲੀ ਸੋਟੀ ਲਾਉਣੀ ਕਿਹੜੀ ਲਾਉਣੀ ਸੋਟੀ ਨਹੀਂ ਉਹ ਆਮ ਜਿਹੜੀਆਂ ਸੋਟੀਆਂ ਚੱਲਦੀਆਂ ਉਹ ਹੀ ਲਾਉਣੀ ਹੈ ਕਾਰ ਦਾ ਦਿਖਾਓ ਮੈਨੂੰ ਕਾਰ ਡੈਕੋਰੇਸ਼ਨ ਜੀ ਸੋਟੀ ਕਦੀ ਲਾਈ ਨਹੀਂ ਹੈਗੀ ਤੇਰੇ ਕਹਿਣ ਤੇ ਲਾ ਦਿੰਦੇ ਆ ਉਹ ਨਾ ਚਲੋ ਮੈਂ ਇਹ ਭਾਈ ਨਾਲ ਸਲਾਹ ਕਰ ਲੈਂਦਾ ਵਾਂ ਜਾ ਕੇ ਕਾਰ ਵੀ ਸਜਾਉਣੀ ਹੈ ਹਾਂਜੀ ਕਾਰ ਵੀ ਸਜਾਉਣੀ ਆਹ ਦੇਖ ਲਓ ਭਾਜੀ ਕਾਰ ਦੇ ਠਹਿਰ ਜਾਓ ਆਹ ਦੇਖੋ ਉਹਨੂੰ ਕਾਰ ਕਿੱਦਾਂ ਦੀ ਭਾਜੀ ਤੁਹਾਡੇ ਕੋਲ ਭਾਜੀ ਉਹ ਦੁੱਲਾ ਸੋਹਣਾ ਤੇ ਲੱਗੇ ਨਾ ਮੈਂ ਆਪ ਸਪੈਸ਼ਲ ਕਰਾਈ ਬਿਲਕੁਲ ਅੱਛੀ ਗੱਲ ਹੈ ਜੀ ਐਫਐਕਸ ਆ ਜੀ ਉਹ ਗੱਡੀ ਹੈ ਐਫਐਕਸ ਵੀਰੇ ਉਹ ਤਾਂ ਧਵਾਉਣ ਨੂੰ ਦਿਲ ਨਹੀਂ ਕਰਦਾ ਤੂੰ ਉਹਨੂੰ ਸਜਾਉਣ ਦੀ ਦੇਰ ਕਰਨ ਦੇ ਆ ਐਫਐਕਸ ਕੀ ਲਾੜੇ ਇਕੱਲੇ ਨਹੀਂ ਬਹਿਣਾ ਵਿੱਚ ਨਹੀਂ ਭਾਜੀ ਉਹ ਸ਼ਰੀਕਾ ਵੀ ਹੈ ਨਾ ਸਾਡਾ ਫਿਰ ਉਹ ਜਿਹੜਾ ਸੜੇ ਵੀ ਗੱਡੀ ਵਧੀਆ ਲੈ ਕੇ ਚੱਲੇ ਆ ਵੀ ਇਹੋ ਜਿਹੀ ਗੱਡੀ ਇਹਤਜਾਜ 'ਤੇ ਲਿਜਾਈਦੀ ਵਿਆਹ 'ਤੇ ਨਹੀਂ ਲਿਜਾਈਦੀ ਕੋਈ ਅੱਗ ਹੀ ਲਾ ਦਿੰਦਾ ਵੀਰੇ ਇਹ ਐਫਐਕਸ ਨਹੀਂ ਸਜਾਉਣੀ ਅਸੀਂ ਸਾਨੂੰ ਕੀ ਸਾਨੂੰ ਅਸੀਂ ਸਜਾ ਦਿਆਂਗੇ ਡਿਜ਼ਾਇਨ ਦੇਖ ਲਓ
ਗੱਡੀ ਕੋ ਵਧੀਆ ਜੀ ਕਰਾਓ ਫੋਰਚੂਨਰ ਕੋ ਅੱਛੀ ਗੱਡੀ ਕਰਾਓ ਅਸੀਂ ਹਰ ਕਿਸੇ ਦਾ ਬਦੂਲ ਲਾ ਬਾਜੀ ਤਾਂ ਅੱਜਕੱਲ ਲੋਕੀ ਪੱਠੇ ਲਿਆਂਦੇ ਭਾਈ ਭਾਜੀ ਪਤਾ ਕੀ ਆ ਮੈਂ ਉਧਰ ਮੈਨੂੰ ਖਰਚਾ ਦੁੱਧ ਦੇ ਗਲਾਸ ਦਾ ਨਾ ਪੈਂਦਾ ਮੈਂ ਗੱਡੀ ਸਹੀ ਕਰਾ ਲੈਣੀ ਉਹ ਸਾਰੇ ਪੈਸੇ ਤੇ ਮੈਂ ਉਧਰ ਲਾ ਸਾਰੇ ਤੇ ਉਧਰ ਲਾ ਬੈਠਾ ਡਿਸਪੋਜ਼ੇਬਲ ਦੁੱਧ ਦਾ ਗਲਾਸ ਨਹੀਂ 50 ਰੁਪਏ ਦਾ ਮਿਲਦਾ 60 ਰੁਪਏ ਦਾ ਹਾਂ ਉਹ ਡਰੈਡ ਲੈ ਜੀ ਵੀ ਇਹ ਦੁੱਧ ਬਲਾਈਏ ਉਹ ਬਣ ਕੇ ਮੈਂ ਤਾਂ ਕਹਿੰਦਾ ਮੁੰਡੇ ਨੂੰ ਨਗਦ ਦੇ ਦੇਣ ਉੱਠ ਕੇ ਪੀ ਜਾਵੇ ਉੱਥੋਂ ਨਾਲ ਕਿਤੇ ਦੁਕਾਨ ਹੋਣੀ ਹੈ ਇਹ ਸਭ ਤੋਂ ਬੈਸਟ ਆ ਉਹ ਸਾਲੀਆਂ ਮਗਰ ਚਲੀਆਂ ਜਾਣ ਜਿੱਥੇ ਦਿਲ ਕਰੇਗਾ ਉਧਰ ਪੀਣ ਸਾਲੀਆਂ ਮਗਰ ਚਲੀਆਂ ਜਾਣ ਕਿੱਧਰ ਜਾ ਰਿਹਾ ਦੁੱਧ ਪੀਣ ਉੱਥੇ ਲੈ ਲੈਣਾ ਲੋ ਭਾਈ ਇਹ ਕਰ ਦੋ ਫਾਈਨਲ ਕਿਹੜੀ ਆ ਜਿਹੜੀ ਅੱਗੇ ਆਪਣੇ ਦੇ ਵਾਲੀ ਦੱਸ ਵੀ ਇਹ ਐਫ ਐਕਸ ਤੇ ਬਣਦਾ ਭਾਈ ਤੁਹਾਨੂੰ ਤੇ ਪੈਸੇ ਚਾਹੀਦੇ ਹਨ ਅੱਛਾ ਤੈਨੂੰ ਮੈਂ ਇੱਕ ਆਸਾਨ ਦੱਸਦਾ ਵਾਂ ਅੱਜ ਕੱਲ੍ਹ ਸਬਜ਼ੀਆਂ ਦੀ ਵੀ ਡੈਕੋਰੇਸ਼ਨ ਚੱਲੀ ਹੈ ਤੂੰ ਉਹਦਾ ਕਹਿੰਦਾ ਭਿੰਡੀ ਗੋਭੀ ਕਿਹੜੀ ਕਾਰ ਦਾ ਮੇਦਾ ਖਰਾਬ ਆ ਵੀ ਉਹਨੂੰ ਸਬਜ਼ੀਆਂ ਦੱਸਦੀਆਂ ਡਾਕਟਰ ਫੁੱਲ ਲਾਉਂਦੇ ਲੋਕੀ ਸਾਰੇ ਮੈਂ ਕਹਿੰਦਾ ਕਿ ਹਾਲਾਤ ਵੀ ਮਾੜੇ ਚੰਗੇ ਹੁੰਦੇ ਨੇ ਉਹਨਾਂ ਸਬਜ਼ੀਆਂ ਤੇ ਤੁਸੀਂ ਮਸਾਲਾ ਪਾ ਕੇ ਪਕਾ ਵੀ ਸਕਦੇ ਹੋ ਇਹਦੇ ਕਿੰਨੇ ਪੈਸੇ ਭਾਜੀ ਐਫ ਐਕਸ ਛੋਟੀ ਗੱਡੀ ਆ ਕੋ ਘੱਟ ਕਰ ਲਓ ਭਾਈ ਹੋਰ ਵੀ ਚੀਜ਼ਾਂ ਤੁਹਾਡੇ ਕੋਲ ਲਈਆਂ ਵਾ ਰੁਪਈਆ ਤੁਹਾਨੂੰ ਦੇਵਾਂਗੇ 1450 ਰੁਪਈਆ ਕਾਰ ਸੀ ਅੱਜ ਇੰਨੇ ਦੇ ਤੇ ਫੁੱਲ ਨਹੀਂ ਭਾਈ ਤੇ ਫੁੱਲ ਯਾਰ ਕੰਮ ਕੀ ਆ ਉੱਥੇ ਫੁੱਲ ਫੜ ਕੇ ਤੇ ਇਹ ਵੀ ਲਾਉਣੀ ਆ ਤੇਰੇ ਭਰਾ ਦਾ ਵਿਆਹ ਲੇਟ ਕਿਉਂ ਹੋਇਆ ਬਹਿਸ ਹੀ ਇੰਨੀ ਕਰਦੇ ਇਹਨਾਂ ਚੀਜ਼ਾਂ ਤੇ ਇਹ ਸ਼ਗਨਾਂ ਦਾ ਕੰਮ ਹੁੰਦਾ ਇੱਕ ਵਾਰੀ ਹੋਣਾ ਕਿ ਬਾਰ ਬਾਰ ਹੋਣਾ ਭਾਜੀ ਵੀਡੀਓ ਬਣਾਉਣੀ ਤੁਸੀਂ ਭਾਜੀ ਇੱਕ ਤੇ ਇਹ ਸ਼ਾਦੀ ਇੱਕ ਵਾ ਨਾ ਇਸ ਤੋਂ ਬਾਅਦ ਅਜੇ ਤੁਹਾਨੂੰ ਮੈਂ ਆਪਣੀ ਸ਼ਾਦੀ ਦਾ ਵੀ ਆਰਡਰ ਦੇਣਾ ਕਾਰਡ ਦਿਓ ਆਪਣਾ ਭਾਜੀ ਸ਼ਾਦੀਆਂ ਅਸੀਂ ਭਾਜੀ ਧੂਮ ਧਾਮ ਨਾਲ ਹੀ ਕਰਦੇ ਹਾਂ ਨਹੀਂ ਲੱਗ ਰਿਹਾ ਜਿੱਥੇ ਐਫ ਐਕਸ ਜਾ ਰਹੀ ਹੈ ਬੜੀ ਗੱਲ ਆ ਇਹ ਸਾਡਾ ਕਾਰਡ ਆ ਭਾਜੀ ਇੱਥੋਂ ਦਾ ਹੈਂਜੀ ਇੱਥੇ ਨੰਬਰ ਵੀ ਲਿਖਿਆ ਵਾ ਅਤੇ ਮਸਹਿਰੀ ਹਰ ਚੀਜ਼ ਤੁਹਾਡੀ ਬਣ ਜਾਏਗੀ ਹੁਣ ਇਹਦਾ ਵੀਰੇ ਮਕਾਲਾ ਸਾਡੇ ਨਾਲ ਭਾਜੀ 2500 ਰੁਪਈਆ ਦਊਂਗੇ 2500 ਕਹਿੰਦੇ ਭਾਜੀ ਐਫ ਐਕਸ ਹੈਗੀ ਛੋਟੀ ਗੱਡੀ ਹੈ ਮਹਿੰਦੀ ਵਾਸਤੇ ਸਾਫੇ ਕੱਢੇ ਆ ਉਹ ਯਾਰ ਅਰਫਾਨ ਸਾਫੇ ਦੇ ਯਾਰ ਵਧੀਆ ਇਹ ਦੇਖੋ ਭਾਜੀ ਮਹਿੰਦੀ ਵਾਲੇ ਇਹ ਦੇਖੋ ਭਾਈ ਤੇ ਬਹੁਤ ਹਲਕੇ ਆ ਜਾਲੀ ਵਾਲੇ ਆ ਅੱਗਿਓਂ ਠੰਡ ਵਾ ਉਹ ਯਾਰ ਉਹ ਇਹਦੇ ਨਾਲ ਕੰਨ ਲਵੇਟਣੇ ਆ ਠੰਡ ਆ ਹੁੰਦੇ ਆ ਸ਼ੋਸ਼ਾ ਵਾਸਤੇ ਕਿ ਦੂਰੋਂ ਨਜ਼ਰ ਆਵੇ ਮਹਿੰਦੀ ਆ ਰਹੀ ਆ ਨਹੀਂ ਵੂਲ 'ਚ ਨਹੀਂ ਹੈਗੇ ਸਾਫੇ ਇਹ ਤੁਸੀਂ ਜੀ ਨਰਾਨ ਕਗਾਨ ਮੁੰਡਾ ਵਿਆਹਣ ਜਾ ਰਹੇ ਨਹੀਂ ਭਾਈ ਰਾਤ ਨੂੰ ਨਾ ਤੁਹਾਨੂੰ ਪਤਾ ਮਹਿੰਦੀ ਲੇਟ ਆਉਂਦੀ ਆ ਜਦੋਂ ਠੰਡ ਲੱਗੇ ਨਾ ਇਹਨੂੰ ਅੱਗ ਲਾ ਕੇ ਉੱਤੇ ਲੈ ਲੈਣਾ ਇਹ ਦੇਖ ਲਓ ਇਹ ਥੋੜ੍ਹੇ ਜਿਹੇ ਅੱਛੇ ਆ ਇਹ ਵੇਖ ਲਓ ਇਹ ਭਾਜੀ ਇਹ ਦੇਖੋ ਭਾਈ ਮੈਂ ਚੈੱਕ ਕਰਕੇ ਫਿਰ ਮੈਂ ਤੁਹਾਨੂੰ ਦੱਸਦਾ ਕਿਹੜਾ ਚੰਗਾ ਉਹ ਯਾਰ ਇਹਦਾ ਕੀ ਚੈੱਕ ਕਰਨਾ ਭਾਈ ਨਹੀਂ ਭਾਜੀ ਇਹ ਚੈੱਕ ਹੋ ਜਾਂਦੇ ਆ ਸਾਫ ਇਹ ਕਿਸ ਤਰ੍ਹਾਂ ਚੈੱਕ ਹੁੰਦਾ ਜੀ ਕੀ ਕਈ ਮੈਂ ਸਾਫੇ ਭਾਜੀ ਦੇਖੀ ਆ ਜਦੋਂ ਲੁੱਡੀ ਪਾਉਂਦੇ ਆ ਨਾ ਬੰਦੇ ਉਹ ਛਿੱਜ ਜਾਂਦੇ ਆ ਜਦੋਂ ਖਿੱਚ ਪੈਂਦੀ ਆ ਨਾ ਨਹੀਂ ਉਹ ਖਰਾਬ ਹੋ ਜਾਂਦੇ ਆ ਉਹ ਖਿੱਚੇਗਾ ਤੇ ਛਿੱਜੇਗਾ ਯਾਰ ਨਹੀਂ ਉਹ ਜੇ ਤੇ ਸਟੈਪ ਆ ਸਹੀ ਕਰ ਗਏ ਨਾ ਇਹ ਸਟੈਪ ਦੇ ਇਹ ਕਰਨਾ ਤੂੰ ਸਟੈਪ ਹਾਂਜੀ ਨਹੀਂ ਭਾਜੀ ਇਹ ਨਹੀਂ ਉਹ ਖਿੱਚ ਪੈ ਰਹੀ ਆ ਸਟੈਪ 'ਚ ਨਾ ਇਹ 'ਚ ਸਟਰੈਚ 'ਚ ਨਹੀਂ ਹੈਗੇ ਤੂੰ ਵੀਰੇ ਇੰਜ ਕਰਕੇ ਪਾ ਲਈ ਇਹ ਇੰਜ ਕਰਕੇ ਫਿਰ ਨਹੀਂ ਖਿੱਚ ਪੈਂਦੀ ਇਹ ਇੰਜ ਕਰਕੇ ਹੈਲੋ ਇੰਜ ਕਰਕੇ ਦੇਖ ਲਾ ਨਹੀਂ ਭਾਜੀ ਸਟ੍ਰੈਚ ਨਾ ਥੋੜ੍ਹਾ ਥੋੜ੍ਹਾ ਸਟ੍ਰੈਚ ਪੈਂਟ ਨਹੀਂ ਹੁੰਦੀ ਜਿਵੇਂ ਐਂ ਕਰਦਾ ਬੰਦਾ ਖੁੱਲ੍ਹਦਾ ਵਾ ਉਂਝਦਾ ਹੋਣਾ ਚਾਹੀਦਾ ਵਾ ਆਹ ਜਿਹੜਾ ਆਹ ਚੀਜ਼ ਨਾ ਆਹ ਆਉਣੀ ਚਾਹੀਦੀ ਆ ਸਾਫੇ 'ਚ ਆਹ ਦੇਖੋ ਆਹ ਮੇਰਾ ਹੱਥ ਇੱਥੋਂ ਤਿਲਕ ਰਿਹਾ ਸੂਤੀ ਰੇਤ ਲਾ ਲਈ ਹੱਥ ਨੂੰ ਰੇਤ ਸੂਤੀ ਦਿਖਾਓ ਜਿਹੜਾ ਇਹ ਚੀਜ਼ ਆਵੇ ਆ ਨਹੀਂ ਇਹ ਨਹੀਂ ਭਾਈ ਡਾਂਸਰਾਂ ਵਾਲੇ ਸਾਡੇ ਕੋਲ ਨਹੀਂ ਹੈਗੇ ਸਾਡੇ ਕੋਲ ਮਹਿੰਦੀ ਵਾਲੇ ਆ ਭਾਈ ਤੁਸੀਂ ਰਹਿੰਦੇ ਹੋ ਘਰੋਂ ਹੀ ਕੋਈ ਲੈ ਲੈਣਾ ਡੱਬੀਆਂ ਵਾਲੇ ਖੇਸ ਖੂਸ ਉੱਤੇ ਅਤੇ ਉਹ ਪੀਲਾ ਜਿਹਾ ਦਿਖਾਓ ਜਿਹੜਾ ਪਹਿਲੇ ਦਿਖਾਏ ਸੀ ਇੱਕ ਹੋਰ ਕਲਰ ਤਾਂ ਦਿਖਾ ਦਿੰਦੇ ਇਹ ਦਿਖਾ ਦਿੰਦੇ ਇਹ ਇਹ ਵੇਖ ਲਓ ਭਾਜੀ ਇਹ ਦੇਖ ਲਓ ਵੀਡੀਓ ਹੁਣ ਕਿੰਨੀ ਕੁ ਬਣ ਜਾਵੇ ਇਹ ਲੈ ਇਸ ਤੋਂ ਅੱਛਾ ਨਹੀਂ ਇਹ ਦੇਖੋ ਮਹਿੰਦੀ ਵਾਲਾ ਦਵੋ ਭਾਈ ਇਹ ਤਾਂ ਮੇਲਿਆਂ ਵਾਲਾ ਸਾਫਾ ਦੇ ਦਿੱਤਾ ਤੁਸੀਂ ਮੈਨੂੰ
ਸ਼ਾਦੀ ਵੀ ਮੇਲਾ ਹੀ ਹੁੰਦਾ ਵਾ ਮਿਲਦੇ ਨਹੀਂ ਸਾਰੇ ਲੋਕ ਹਾਂ ਜੀ ਉਹ ਵੀ ਮੇਲਾ ਹੀ ਹੁੰਦਾ ਵਾ ਨਹੀਂ ਉਹ ਪਹਿਲੇ ਦਿਖਾਓ ਜਿਹੜੇ ਨਾ ਤੁਸੀਂ ਢੋਲ ਤੁਸੀਂ ਢੋਲ ਵਾਲਾ ਵਿਖਾਓ ਜਿਹਨੇ ਵਜਾਉਣਾ ਉਹਦੇ ਹਿਸਾਬ ਨਾਲ ਸਾਫੇ ਦੇਈਏ ਭਾਈ ਢੋਲ ਵਾਲੇ ਨਾਲ ਵੀ ਤੁਹਾਡੀ ਗੱਲ ਕਰਨੀ ਆ ਉਹ ਢੋਲ ਵਾਲਾ ਵੀ ਚਾਹੀਦਾ ਸਾਨੂੰ ਢੋਲ ਵਾਲੇ ਨਹੀਂ ਹੁੰਦੇ ਸਾਡੇ ਕੋਲ ਭਾਈ ਵੀਰੇ ਇਹ ਵੇਖ ਲਓ ਚਲੋ ਇਹ ਮੈਂ ਪੀਲੇ ਜਿਹੜੇ ਆ ਨਾ ਪਹਿਲੇ ਦਿਖਾਏ ਆ ਉਹਨਾਂ ਦੇ ਬਾਰੇ ਮੈਂ ਤੁਹਾਨੂੰ ਦੱਸਦਾ ਪੰਜ ਸਾਫੇ ਉਹ ਕੱਢ ਦਵੋ ਪੀਲੇ ਜਿਹੜੇ ਹਲਕੇ ਜਾਲੀ ਵਾਲੇ ਨਹੀਂ ਪੰਜ ਸਾਫੇ ਹਾਂਜੀ ਅਤੇ ਬਾਕੀ ਉਹ ਕੱਟ ਲਈਦੇ ਆ ਵਿੱਚੋਂ ਭਾਈ ਨਿਆਣਿਆਂ ਨੇ ਤਾਂ ਲੈਣੇ ਆ ਉਹ ਕਿਹੜਾ ਖਰਾਬ ਹੀ ਹੋ ਜਾਣੇ ਅੱਧੇ ਅੱਧੇ ਕਰਕੇ ਨਾ ਸਾਡੇ ਵੱਲੋਂ ਇੱਕ ਲੈ ਲਾ ਭਾਈ ਉੱਥੋਂ ਕੁਤਰੇ ਕਰ ਲਈ ਛੋਟੇ ਛੋਟੇ ਅਤੇ ਹਾਰ ਭਾਈ ਦਿਖਾਓ ਨੋਟਾਂ ਹਾਰ ਮਾਲਾ ਦੇਖ ਲਓ ਸਾਡੇ ਕੋਲ ਭਾਜੀ ਮਾਲਾ ਪਈਆਂ ਹਰ ਕਿਸਮ ਦੀਆਂ ਸ਼ਗਨਾਂ ਦੇ ਕੰਮ ਆ ਭਾਜੀ ਨੋਟਾਂ ਵਾਲਾ ਹਾਰ ਦਵੋ ਨੋਟਾਂ ਵਾਲੇ ਵੀ ਹੈਗੇ ਕਿੰਨੇ ਵਾਲੇ ਚਾਹੀਦੇ ਭਾਜੀ ਕਿੰਨੇ ਵਾਲੇ ਪਏ ਤੁਹਾਡੇ ਕੋਲ 100-100 ਵਾਲਾ ਚਾਹੀਦਾ 50 ਵਾਲਾ 500 ਨਹੀਂ 100-100 ਵਾਲਾ ਉਹ 100-100 ਵਾਲਾ ਲਿਆ ਯਾਰ ਇਹ ਦੇਖ ਲਓ ਭਾਜੀ ਇਹ 100-100 ਵਾਲੇ ਲੱਗੇ ਆ ਭਾਈ ਭਾਈ ਦਾ ਨਹੀਂ ਹੁੰਦਾ ਯਾਰ ਤੇਰੇ ਭਰਾ ਦਾ ਵਿਆਹ ਤੂੰ ਕਦ ਨਹੀਂ ਮੈਂ ਦੇਖ ਰਿਹਾ ਵਾਂ ਵੀ ਲੰਬਾਈ ਨਾ ਜ਼ਿਆਦਾ ਹੋ ਜਾਵੇ ਫਿਰ ਹਾਰ ਤੋੜਨ ਵਾਲੇ ਬੱਚੇ ਵੀ ਆਉਂਦੇ ਆ ਨਾ ਉਹ ਵੀ ਉਹਨਾਂ ਦਾ ਵੀ ਖਿਆਲ ਕਰਨਾ ਕਮੀਜ਼ ਦੀ ਕਿੰਨੀ ਲੰਬਾਈ ਤੁਹਾਡੇ ਭਾਈ ਦੀ 42 ਨਹੀਂ ਇਹ ਛੋਟਾ ਹੈਗਾ ਇਹਨੂੰ ਰੱਸੀ ਲੰਮੀ ਪਾ ਦੇਣਾ 42 ਹੋ ਜਾਊ ਇਹ ਦੇਖ ਲਓ ਭਾਅ ਜੀ ਇਹ ਕਿੰਨੇ ਦਾ ਭਾਜੀ ਇਹ ਭਾਅ ਜੀ 5000 ਰੁਪਇਆ ਆਇਆ ਲੱਗਾ ਇਹ 5700 ਦਾ ਤੁਹਾਨੂੰ ਮਿਲੇਗਾ ਤੁਹਾਡੀ ਜ਼ਾਤ ਲਈ 5700 ਦਾ ਹਾਂਜੀ ਹਾਂਜੀ ਨਹੀਂ ਇਹ ਤਾਂ ਕੰਮ ਖਰਾਬ ਆ ਭਾਈ ਫਿਰ ਕਿਉਂ ਰਾਤ ਇੰਨਾ ਤੁਹਾਡੇ ਕੋਲ ਸਮਾਨ ਲਿਆ ਵਾ ਅਤੇ ਕੁਛ ਰਾਇਤ ਤਾਂ ਕਰੋ ਨਾ ਤੁਸੀਂ ਇਹਦਾ ਨਾ ਉਹਨਾਂ 'ਚੋਂ ਕਰ ਲੈਂਦੇ ਹਾਂ ਇਹਦੇ 'ਚੋਂ ਤਾਂ ਨਹੀਂ ਹੁੰਦੀ ਨਹੀਂ ਚੀਜ਼ਾਂ ਹੀ ਆ ਨਾ ਸਾਰੀਆਂ ਫਰੋਖਤ ਕਰਨ ਵਾਸਤੇ ਤੁਸੀਂ ਆਪਣੀ ਬਚਤ ਲਵੋ ਅੱਛਾ ਇਹਦਾ ਮੈਂ ਭਾਈ 3500 ਰੁਪਇਆ ਦੇਵਾਂ ਕਿਹਦਾ ਇਹਦਾ ਹਾਂਜੀ ਉਹ ਭਾਈ 5000 ਰੁਪਈਆ ਤਾਂ ਇਹਦੇ ਉੱਤੇ ਲੱਗਾ ਵਾ ਤਾਂ ਤੂੰ 3500 ਕਾਹਦਾ ਦੇਈ ਜਾਂਦਾ ਉਹ ਭਾਅ ਜੀ 5000 ਤੁਸੀਂ ਇਹਦੇ ਥੱਲੇ ਵੀ ਲਾ ਲਓ ਰਾਇਤ ਤਾਂ ਹੁੰਦੀ ਹੈ ਨਾ ਹਰ ਸ਼ਹਿਰ 'ਚ ਰਾਇਤ ਨਹੀਂ ਹੁੰਦੀ ਉਹ ਪੈਸੇ ਆ ਨਾ ਪੈਸੇ ਲੈ ਰਹੇ ਯਾਰ ਉਹ ਤਾਂ ਰਾਇਤ ਹੁੰਦੀ ਇਹ ਚੀਜ਼ ਜਿਹੜਾ ਅਸੀਂ ਮਿਹਨਤ ਕੀਤੀ ਉੱਤੇ ਪਿੰਨਾਂ ਲੱਗੀਆਂ ਸਾਰਾ ਕੁਛ ਕੀਤਾ ਨਹੀਂ ਨਹੀਂ ਅਸੀਂ ਹੁਣ ਉੱਤੇ ਚੁਬਾਰਾ ਪਾਇਆ ਵਾ ਵਿਆਹ ਵਾਸਤੇ ਹਾਂ ਉੱਤੇ ਅਸੀਂ ਇੰਨੇ ਪੈਸੇ ਲਾਇਆ ਅਤੇ ਉਹਦਾ ਸਾਨੂੰ ਕੋਈ 5 ਲੱਖ ਮਿਲ ਜਾਣਾ ਇੰਝ ਥੋੜ੍ਹਾ ਹੁੰਦਾ ਕੋਈ ਉਹਦੇ ਉੱਤੇ ਦੀ ਗੱਲ ਨਹੀਂ ਕਰਦਾ ਮੈਂ ਹਾਰ ਦੇ ਪੈਸਿਆਂ ਦੀ ਕਹਿੰਦਾ ਯਾਰ ਕਿੰਨੇ ਆਹ ਕਿੰਨੇ ਪੈਸੇ ਲਾਏ 5000 ਇਹ ਲੱਗਾ ਗਿਣ ਲਾ ਸਾਈਡਾਂ 'ਤੇ ਹਾਂ ਅਤੇ ਫਿਰ ਠੀਕ ਆ ਇਹਦਾ 3500 ਬਿਲਕੁਲ ਠੀਕ ਆ ਯਾਰ ਤੇਰਾ ਦਿਮਾਗ ਠੀਕ ਆ ਭਾਈ 5000 ਰੁਪਈਆ ਆਹ ਵਾ ਆਹ ਆਹ 5000 ਆ ਅਤੇ ਮੈਂ ਵੀ ਪੈਸੇ ਹੀ ਦੇਣੇ ਆ ਮੈਂ ਤੁਹਾਨੂੰ ਕਿਹੜਾ ਚੈੱਕ ਕੱਟ ਕੇ ਦੇਣਾ ਵਾ 5000 ਉੱਤੇ ਲੱਗਾ ਇਹਦੇ ਉੱਤੇ ਲੱਗਾ ਉਹ ਸਾਡੇ ਵਿਆਹ ਦੇ ਉੱਤੇ ਥੋੜ੍ਹੇ ਪੈਸੇ ਲੱਗੇ ਹੁਣ ਅਸੀਂ ਕੀ ਕਰ ਲਈਏ ਹੁਣ ਤੇਰੇ ਉੱਤੇ ਵੀ ਬਹੁਤ ਲੱਗਣੇ ਆ ਤੈਨੂੰ ਇੱਥੇ ਪੈਣੀਆਂ ਵਾ ਨਹੀਂ ਨਹੀਂ ਪੈਣ ਵਾਲੀ ਕਿਹੜੀ ਗੱਲ ਹੈਲੋ ਕੀ ਗੱਲ ਅਗਲੇ ਕਰਾਉਂਦੇ ਨਹੀਂ ਹੁੰਦੇ ਯਾਰ ਇਹਦਾ ਤਾਂ ਨਹੀਂ ਹੁੰਦਾ ਯਾਰ ਗਿਆ ਤਾਂ ਅਗਲੇ ਕਰਾਉਂਦੇ ਨਹੀਂ ਗੇ ਇਹ ਕਿਹੜੀ ਗੱਲ ਹਾਰ ਦੇ ਤੂੰ 5000 ਦਾ ਕਹਿੰਦਾ 3500 ਦੇਣਾ ਮੈਂ